ਅੱਜ ਸਵੇਰੇ ਇੱਕ ਚੈਨਲ ਨੇ ਮੇਰਾ ਇੰਟਰਵਿਊ ਲਿੱਤਾ। ਮੈਂ ਅੰਗਰੇਜ਼ੀ 'ਚ ਜਿਹੜਾ ਇੰਟਰਵਿਊ ਦਿੱਤਾ, ਜਿਸ ਵੇਲੇ ਮੈਂ ਤਖਤ ਸਾਹਿਬ ਜੀ ਦੀ ਹਾਜ਼ਰੀ 'ਚ ਮੰਚ 'ਤੇ ਆਇਆ, ਸਾਡੇ ਬੜੇ ਹੀ ਵਿਦਵਾਨ ਕਾਬਲ ਇਤਰਾਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ਼੍ਰੀ ਸਰਦਾਰ ਜਸਪਾਲ ਸਿੰਘ ਜੀ, ਜਿਹੜੀਆਂ ਗੱਲਾਂ ਉੱਥੇ ਮੈਂ ਇੰਗਲਿਸ਼ 'ਚ ਕਹਿ ਕੇ ਆਇਆ ਅੰਗਰੇਜ਼ੀ ਵਿੱਚ, ਉਹਨਾਂ ਨੂੰ ਉਹਨਾਂ ਨੇ ਪੰਜਾਬੀ ਵਿੱਚ ਕਿਹਾ, ਮੈਨੂੰ ਬੜਾ ਚੰਗਾ ਲੱਗਿਆ। ਐਂਡ ਵੀ ਆਰ ਵੈਰੀ ਪ੍ਰਾਊਡ ਆਫ ਯੂ ਕਿ ਵੀ ਹੈਵ ਏ ਵਾਈਸ ਚਾਂਸਲਰ ਆਫ ਪੰਜਾਬੀ ਯੂਨੀਵਰਸਿਟੀ ਲਾਈਕ ਜਸਪਾਲ ਸਿੰਘ ਜੀ। ਮੁੰਜੇ ਬੜੀ ਪ੍ਰਸੰਨਤਾ ਹੈ ਕਿਉਂਕਿ ਆਜ ਪੂਰਾ ਦੇਸ਼, ਕਿਉਂਕਿ ਮੈਨੇ ਸੜਕੋ ਪੇ ਦੇਖਾ, ਸਾਢੇ ਬਾਰਾਂ ਵਜੇ ਰਾਤ ਕੋ ਜਬ ਹਮਾਰੇ ਆਦਰਣੀਯ ਜਥੇਦਾਰ ਇਕਬਾਲ ਸਿੰਘ ਜੀ ਕੋ ਮਿਲਕਰ ਦਰਦੀ ਜੀ ਔਰ ਸਭ ਸੰਤ ਯਹਾਂ ਸੇ ਗਏ, ਸੜਕੋ ਪੇ ਦੇਖਾ ਸੈਂਕੜੋ ਲੋਕ ਸੜਕੋ ਕੋ ਧੋ ਰਹੇ ਹੈ। ਉਹ ਸੜਕੋ ਕੋ ਸਾਫ ਨਹੀਂ ਕਰ ਰਹੇ ਥੇ, ਬਲਕਿ ਹਾਜ਼ਰਾ ਹਜ਼ੂਰ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਕੇ ਚਰਣੋ ਮੈਂ ਆਪਣੀ ਹਾਜ਼ਰੀ ਲਗਾ ਰਹੇ ਥੇ, ਆਪਣੇ ਦਿਲੋਂ ਕੋ ਧੋ ਰਹੇ ਥੇ, ਕੇਵਲ ਸੜਕੋ ਕੋ ਨਹੀਂ ਬਲਕਿ ਆਪਣੇ ਦਿਲੋਂ ਕੋ ਧੋ ਰਹੇ ਥੇ। ਮੈਂ ਆਜ ਕਹਿਣਾ ਚਾਹਤਾ ਹੂੰ ਆਜ ਅਗਰ ਹਿੰਦੁਸਤਾਨ ਜ਼ਿੰਦਾ ਹੈ, ਆਜ ਅਗਰ ਹਿੰਦੁਸਤਾਨ ਕੀ ਜ਼ਮੀਰ ਜ਼ਿੰਦਾ ਹੈ, ਆਜ ਅਗਰ ਹਿੰਦੁਸਤਾਨ ਕੀ ਇੱਕ ਤਕਦੀਰ ਮੈਂ ਇੱਕ ਨਈ ਤਸਵੀਰ ਪੇਸ਼ ਕੀ ਹੈ, ਉਸਕਾ ਪੂਰਾ ਯਦੀ ਕਿਸੀ ਕੋ ਸ਼੍ਰੇਅ ਜਾਤਾ ਹੈ, ਵੋ ਹੈ ਹਮਾਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਆਪਨੇ ਸੁਨਾ ਉਨਸੇ, ਜਿਸ ਵੇਲੇ ਆਪਣੇ ਪੋਤਰਿਆਂ ਨੂੰ, ਪੁੱਤਰਾਂ ਦੀ ਗੱਲ ਛੱਡਦੇ, ਪੋਤਰੇ ਨੂੰ ਵੀ, ਪ੍ਰਪੋਤਰੇ ਨੂੰ ਵੀ ਥੋੜ੍ਹਾ ਵੀ ਦਰਦ ਹੁੰਦਾ ਹੈਗਾ, ਦਿੱਲੀ 'ਚ ਬੈਠਿਆ ਅਸੀਂ ਪੰਜਾਬ ਵਿੱਚ ਹੋਈਏ ਤਾਂ ਸਾਨੂੰ ਦਿੱਲੀ 'ਚ ਦਰਦ ਹੁੰਦਾ ਹੈਗਾ, ਉਸਦੀ ਤਾਂ ਉਂਗਲੀ 'ਚ ਦਰਦ ਹੁੰਦਾ ਹੈਗਾ, ਸਾਡੇ ਦਿੱਲੀ 'ਚ ਦਰਦ ਹੁੰਦਾ ਹੈਗਾ, ਸੌਂ ਨਹੀਂ ਸਕਦੇ ਸਾਰੀ ਰਾਤ। ਤੁਸੀਂ ਸੋਚੋ ਤਾਂ ਸਹੀ, ਕਮਾਲ ਕਰ ਦਿਆ, ਇੱਕ ਪਹਿਲੀ ਇਹ ਪਹਿਲੀ ਸ਼ਹਾਦਤ ਹੈ ਪੂਰੇ ਵਿਸ਼ਵ ਮੇਂ, ਜਿਸਨੇ ਉਸ ਸ਼ਹਾਦਤ ਕੋ ਇਸ ਦੇਸ਼ ਕੀ ਨਹੀਂ ਪੂਰੇ ਵਿਸ਼ਵ ਕੀ ਅੰਤਿਮ ਸ਼ਹਾਦਤ ਬਣਾ ਦਿਆ, ਕਿ ਔਰ ਕੋਈ ਅਬ ਸ਼ਹਾਦਤ ਕਿਸੀ ਕੋ ਕਰਨੇ ਕੀ ਆਵਸ਼ਕਤਾ ਨਹੀਂ ਪੜੇਗੀ। ਐਸੇ ਚਾਰ ਪੁੱਤਰੋਂ ਨੇ ਸ਼ਹਾਦਤ ਦੀ, ਐਸੇ ਚਾਰ ਵੀਰੋਂ ਨੇ ਸ਼ਹਾਦਤ ਦੀ, ਕਿ ਅਬ ਉਸਕੇ ਬਾਅਦ ਇਸ ਦੇਸ਼ ਮੇਂ ਕਿਸੀ ਕੋ ਵੀ ਐਸੀ ਸ਼ਹਾਦਤ ਕੀ ਜ਼ਰੂਰਤ ਪੜੀ। ਔਰ ਉਸੀ ਸ਼ਹਾਦਤ ਕਾ ਸਿਦਕਾ ਹੈ ਕਿ ਆਜ ਪੂਰਾ ਹਿੰਦੁਸਤਾਨ ਇਸ ਬਾਤ ਕਾ ਕਰਜ਼ਦਾਰ ਹੈ, ਇਸ ਬਾਤ ਕਾ ਕਰਜ਼ਦਾਰ ਹੈ। ਔਰ ਜਬ ਤੱਕ ਇਹ ਸ਼ਹਾਦਤ ਜ਼ਿੰਦਾ ਰਹੇਗੀ, ਜਬ ਤੱਕ ਇਸ ਸ਼ਹਾਦਤ ਕੋ ਹਮ ਲੋਕ ਜ਼ਿੰਦਾ ਰੱਖੇਂਗੇ, ਪੂਰਾ ਹਿੰਦੁਸਤਾਨ ਜ਼ਿੰਦਾ ਰਹੇਗਾ, ਇਹ ਸੰਸਕ੍ਰਿਤੀ ਜ਼ਿੰਦਾ ਰਹੇਗੀ। ਔਰ ਇਹ ਸੰਸਕ੍ਰਿਤੀ ਇੱਕ ਨੂਰ ਤੋਂ ਸਭ ਜਗ ਉਪਜਿਆ, ਕੌਣ ਪਲੇ ਕੌਣ ਮੰਦੇ, ਯਹੀ ਤੋ ਸੰਸਕ੍ਰਿਤੀ ਹੈ, ਹਮ ਏਕ ਹੈ, ਲੈਟ ਆਲ ਦਾ ਨੋਵਲ ਥਾਟਸ ਕਮ ਫਰੋਮ ਆਲ ਦਾ ਡਾਇਰੈਕਸ਼ਨ। ਸਾਡੇ ਸ਼੍ਰੋਮਣੀ ਗੁਰਦੁਆਰਾ ਦੇ ਸਾਡੇ ਮੁਖੀਆ ਇੱਥੇ ਨਾਲ ਹੈਗੇ, ਮੈਂ ਤਾਂ ਹਿੰਦੀ ਵਿੱਚ ਜਿੰਨੇ ਵੀ ਆਰਟੀਕਲ ਪੜ੍ਹੇ ਹੈਗੇ, ਇਹਨਾਂ ਦੇ ਲਿਖੇ ਹੋਏ ਸਾਰੇ ਆਰਟੀਕਲ ਪੜ੍ਹੇ ਹੈਗੇ, ਪੜ੍ਹਦਾ ਰਹਿੰਦਾ ਹੈਗਾ ਮੈਂ, 3 ਦਿਨ ਪਹਿਲਾਂ ਵੀ ਪੜ੍ਹਿਆ, ਅੱਜ ਸਵੇਰੇ ਵੀ ਪੜ੍ਹ ਕੇ ਆਇਆ। ਮੇਰੇ ਕੋ ਬੜਾ ਫਖਰ ਹੈ ਕਿ ਆਜ ਜੋ ਜੋਤ ਉਹਨੇ ਜਲਾ ਕਰ ਰੱਖੀ, ਆਜ ਉਸ ਜੋਤ ਕੋ ਇਨ ਸਭ ਵਿਦਵਾਨੋ ਨੇ, ਇਨ ਸਭ ਆਲਿਮੋ ਨੇ ਉਸਕੋ ਜ਼ਿੰਦਾ ਰੱਖਾ ਹੈ, ਇਹ ਬਹੁਤ ਬੜਾ ਇਨਕਾ ਯੋਗਦਾਨ ਹੈ। ਔਰ ਆਜ ਮੈਂ ਇੱਕ ਬਾਤ ਔਰ ਕਹਿਣਾ ਚਾਹਤਾ ਹੂੰ ਕਿ ਜਿੱਥੇ ਜਿੱਥੇ ਸਿੱਖੀ ਉੱਥੇ ਉੱਥੇ ਸਫਾਈ, ਸੱਚੀ ਗੱਲ ਹੈ, ਇਹ ਇੱਕ ਸਲੋਗਨ ਹੈਗਾ, ਤੁਸੀਂ ਜਿੱਥੇ ਵੀ ਜਿਹੜੇ ਵੀ ਗੁਰਦੁਆਰੇ ਚਲੇ ਜਾਓ, ਕਿੱਥੇ ਵੀ ਟੋਟਾ ਪੈ ਜਾਏਗਾ, ਨੋਟਬੰਦੀ ਹੋ ਗਈ, ਨੋਟਬੰਦੀ ਦੇ ਕਰਕੇ ਵੀ ਤੁਸੀਂ ਦੇਖੋ ਕਿਸੇ ਗੁਰਦੁਆਰੇ ਚਲੇ ਗਏ, ਉੱਥੇ ਕੋਈ ਭੁੱਖਾ ਨਹੀਂ ਗਿਆ, ਉੱਥੇ ਨੋਟਬੰਦੀ ਕਿੱਥੇ ਵੀ ਹੋਈ, ਪਰ ਉੱਥੇ ਤੁਸੀਂ ਦੇਖੋ ਜਿੰਨੇ ਵੀ ਭੁੱਖੇ ਸੀਗੇ, ਜਿਨ੍ਹਾਂ ਨੂੰ ਭੁੱਖ ਲੱਗੀ, ਉਹਨਾਂ ਨੂੰ ਵੀ ਅਗਰ ਕਿਸੇ ਨੂੰ ਪ੍ਰਸਾਦ ਮਿਲਿਆ, ਉਹਨਾਂ ਗੁਰਦੁਆਰਿਆਂ ਵਿੱਚ ਮਿਲਿਆ ਹੈਗਾ। ਅੰਤਿਮ ਬਾਤ, ਲਾਸਟ, ਕਿਉਂਕਿ ਮੈਨੂੰ ਪਤਾ ਹੈਗਾ ਟਾਈਮ ਦੀ ਥੋੜ ਹੈਗੀ, ਕੱਲ੍ਹ ਵੀ ਹੈਗਾ, ਪਰਸੋਂ ਵੀ ਹੈਗਾ, ਮੈਂ ਇੱਕ ਚੀਜ਼ ਲੈ ਕੇ ਆਇਆ ਹੈਗਾ, ਉਹ ਵੀ ਡਰਾਫਟ ਹੈਗਾ, ਕਿਉਂਕਿ ਜਿੱਥੇ ਸਿੱਖੀ ਉੱਥੇ ਸਫਾਈ,
ਸਿੱਖੀ ਤੇ ਸਫਾਈ ਚੱਲਣਗੇ ਨਾਲ ਨਾਲ ਇੱਕ ਮੈਸੇਜ ਸਾਡੇ ਗੁਰੂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਿਤ ਇੱਕ ਗ੍ਰੀਨ ਮੈਸੇਜ ਉਹਨਾਂ ਨੇ ਦਿੱਤਾ ਗ੍ਰੀਨ ਗੁਰੂਆਂ ਨੇ ਮੈਨੂੰ ਤਾਂ ਲੱਗਦਾ ਤਾਂ ਗ੍ਰੀਨਰੀ ਅੰਦਰ ਦੀ ਵੀ ਹਰਿਆਲੀ ਅੰਦਰ ਦੀ ਹਰਿਆਲੀ ਬਾਹਰ ਦੀ ਉਸ ਕਰਕੇ ਅੱਜ ਸੰਸਾਰ ਵਿੱਚ ਭਾਰਤ ਵਿੱਚ ਇਕੱਲੇ ਭਾਰਤ ਵਿੱਚ ਉਹ ਮੈਨੂੰ ਕਿਉਂ ਯਾਦ ਆ ਰਿਹਾ ਹੈਗਾ ਜਿਨ੍ਹਾਂ ਦੇ ਚਾਰ ਪੁੱਤਰ ਚਾਰ ਵੀਰ ਜਿਨ੍ਹਾਂ ਨੇ ਵਾਰ ਦਿੱਤੇ ਅੱਜ ਇਸ ਦੇਸ਼ ਵਿੱਚ ਰੋਜ਼ ਖਰਾਬ ਪਾਣੀ ਪੀਣ ਕਰਕੇ 1200 ਤੋਂ 1600 ਬੱਚੇ ਰੋਜ਼ ਮਰਦੇ ਹੈਗੇ ਮੈਂ ਸੋਚਦਾ ਹੈਗਾ ਅੱਜ ਇਸ ਮੰਚ ਤੋਂ ਇੱਕ ਗੱਲ ਹੋਰ ਵੀ ਉੱਠਣੀ ਚਾਹੀਦੀ ਹੈਗੀ ਕਿ ਜਿਸ ਤਰ੍ਹਾਂ ਦੇ ਚਾਰ ਬੱਚੇ ਸੀਗੇ ਹੁਣ ਇਸ ਦੇਸ਼ ਦਾ ਕੋਈ ਵੀ ਬੱਚਾ ਪਵਨ ਗੁਰੂ ਪਾਣੀ ਪਿਤਾ ਦਾ ਮੰਤਰ ਯਾਦ ਕਰਕੇ ਕੋਈ ਮਰੇਗਾ ਨਹੀਂ ਅਸੀਂ ਜਿੰਨੇ ਸਰੋਵਰ ਹੈਗੇ ਜਿੰਨੀ ਨਦੀਆਂ ਹੈਗੀਆਂ ਉੱਥੇ ਹਰਿਆਲੀ ਖੁਸ਼ਹਾਲੀ ਅਤੇ ਸਵੱਛਤਾ ਦਾ ਸੰਦੇਸ਼ ਲੈ ਕੇ ਆਵਾਂਗੇ ਵਾਟਰ ਸੈਨੀਟੇਸ਼ਨ ਐਂਡ ਹਾਈਜੀਨ ਆਈ ਰੀਅਲੀ ਵੈਲਕਮ ਯੂਨੀਸੈਫ ਆਲਸੋ ਵਿਦ ਦ ਟੈਕਨੀਕਲ ਹੈਲਪ ਵੀ ਹੈਵ ਬਰਾਟ ਵਨ ਵਾਸ਼ ਇਨ ਸਿੱਖੀਜ਼ਮ ਇਹ ਵਿਦਵਾਨਾਂ ਦੇ ਹੱਥੋਂ ਇਹ ਜਾਏਗੀ ਪਹਿਲਾਂ ਤਖ਼ਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾਂ ਵਿੱਚ ਉਸ ਦੇ ਵਿੱਚ ਡਰਾਫਟ ਹੈਗਾ ਸਾਰੇ ਵਿਦਵਾਨ ਦੇਖਣਗੇ ਉਸ ਦੇ ਬਾਅਦ ਇਹ ਪੱਕਾ ਜਿਸਲ ਤਿਆਰ ਹੋ ਜਾਏਗਾ ਕੱਲ੍ਹ ਪਰਸੋਂ ਪ੍ਰਧਾਨ ਮੰਤਰੀ ਜੀ ਨੂੰ ਫਿਰ ਰਾਸ਼ਟਰਪਤੀ ਜੀ ਨੂੰ ਫਿਰ ਸਾਰਿਆਂ ਨੂੰ ਮਿਲੇਗਾ ਲੇਕਿਨ ਪਹਿਲੇ ਵਿਦਵਾਨਾਂ ਦੀ ਆਪਣੇ ਸਿੱਖੀਜ਼ਮ ਦੇ ਵਿਦਵਾਨਾਂ ਦੀ ਇਸ 'ਤੇ ਮੋਹਰ ਲੱਗੇਗੀ ਉਸ ਦੇ ਬਾਅਦ ਇਹ ਅੱਗੇ ਵਧੇਗਾ ਆਈ ਐਮ ਵੈਰੀ ਪ੍ਰਾਊਡ ਆਫ ਯੂ ਆਲ ਮੈਂ ਤਾਂ ਕਹਿੰਦਾ ਹੈਗਾ ਇੱਕ ਸਿੱਖ ਨੂੰ ਮੈਂ ਕਹਿਣਾ ਚਾਹੁੰਦਾ ਹੈਗਾ ਮੈਂ ਤਾਂ ਪੂਰੇ ਵਰਲਡ ਹੀ ਜਾਂਦਾ ਹੈਗਾ ਇੱਕ ਸਿੱਖ ਨੂੰ ਕਹਿਣਾ ਚਾਹੁੰਦਾ ਕੁਛ ਵੀ ਕਰੋ ਤੁਸੀਂ ਜਿਹੜੇ ਕੁੱਤੇ ਬਿੱਲੀਆਂ ਵੀ ਹੈਗੀਆਂ ਉਹ ਵੀ ਆਪਣੀ ਭਾਸ਼ਾ ਬੋਲਦੇ ਕਿ ਤੁਸੀਂ ਪੰਜਾਬੀ ਨਹੀਂ ਛੱਡਣਾ ਆਪਣੇ ਬੱਚਿਆਂ ਨੂੰ ਚਾਹੇ ਦਿੱਲੀ 'ਚ ਰਹਿਣ ਬੰਬਈ ਵਿੱਚ ਰਹਿਣ ਮਦਰਾਸ 'ਚ ਰਹਿਣ ਕਿੱਥੇ ਵੀ ਰਹਿਣ ਪੰਜਾਬੀ ਜ਼ਰੂਰ ਬੋਲਣ ਪੰਜਾਬੀ ਬਚੇਗੀ ਪੰਜਾਬ ਹੀ ਨਹੀਂ ਪੰਜਾਬੀਅਤ ਵੀ ਨਹੀਂ ਬਲਕਿ ਪੂਰਾ ਵਿਸ਼ਵ ਬਚੇਗਾ ਇਹ ਤੁਹਾਡੀ ਇੱਕ ਸੱਕ ਸਵਾ ਲੱਖ ਜੋ ਬੋਲੇ ਸੋ ਨਿਹਾਲ ਮੈਂ ਕਹਾਂਗਾ ਜਸਵੰਤ ਜਸਪਾਲ ਸਿੰਘ ਜੀ ਵੀ ਆ ਜਾਣਗੇ ਕਿਉਂਕਿ ਬੜੇ ਵਿਦਵਾਨ ਹੈਗੇ ਉਹ ਵੀ ਨਾਲ ਆ ਜਾਣਗੇ ਜਸਪਾਲ ਸਿੰਘ ਜੀ ਵੀ ਉਹ ਵੀ ਹੱਥ ਲਾਉਣਗੇ ਉਹਨਾਂ ਦੇ ਹੱਥ ਅਸੀਂ ਤਖ਼ਤ ਸਾਹਿਬ ਨੂੰ ਦੇਵਾਂਗੇ ਔਰ ਸਿੰਘ ਸਾਹਿਬ ਜਥੇਦਾਰ ਇਕਬਾਲ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਵੀ